ਦੋਸਤੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ GDS Education ਦੇ ਵਿੱਚ ਦੋਸਤੋ ਜੇਕਰ ਤੁਸੀਂ ਇਸ ਚੈਨਲ ਦੇ ਉੱਪਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਭ ਤੋਂ ਪਹਿਲਾਂ ਇਸ ਚੈਨਲ ਨੂੰ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਕੇ ਸਬਸਕ੍ਰਾਈਬ ਕਰ ਲਵੋ ਅਤੇ ਉਸ ਦੇ ਨਾਲ ਹੀ ਜੋ ਘੰਟੀ ਵਾਲਾ ਬਟਨ ਹੈ ਉਸ ਤੇ ਉੱਪਰ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਨੂੰ ਕਰ ਲਵੋ ਆਨ ਤਾਂ ਜੋ ਤੁਹਾਨੂੰ ਇਸ ਚੈਨਲ ਦੇ ਉੱਪਰ ਆਉਣ ਵਾਲੀਆਂ ਜੋ ਵੀ ਲੇਟੈਸਟ ਵੀਡੀਓਜ਼ ਹੋਣਗੀਆਂ ਉਹਨਾਂ ਸਭ ਦਾ ਨੋਟੀਫਿਕੇਸ਼ਨ ਮਿਲ ਸਕੇ ਸਭ ਤੋਂ ਪਹਿਲਾਂ ਦੋਸਤੋ ਅੱਜ ਦੀ ਆਪੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਜਿਵੇਂ ਕਿ ਤੁਸੀਂ থাম্বਨੇਲ ਦੇ ਵਿੱਚ ਦੇਖ ਚੁੱਕੇ ਹੋਵੋਗੇ ਜੋ ਫੋਰੈਸਟ ਗਾਰਡ ਦਾ ਪੇਪਰ ਹੋਇਆ ਸੀਗਾ ਉਹਦੀ ਜੋ ਆਨਸਰ ਕੀ ਆਈ ਸੀਗੀ ਜਿਹੜਾ ਕਿ ਉਹਦਾ ਪੇਪਰ ਕਨਡਕਟ ਹੋਇਆ ਸੀਗਾ 13 ਤਰੀਕ ਨੂੰ 2022 ਨੂੰ ਉਹਦੇ ਵਿੱਚ ਜੋ ਕਈ ਸਟੂਡੈਂਟਸ ਦੇ ਉਹਬਜੈਕਸ਼ਨ ਸੀਗੇ ਮਤਲਬ ਕਾਫੀ ਸਾਨੂੰ ਕਮੈਂਟ ਆ ਰਹੇ ਸੀ ਪਿਛਲੇ ਵੀਡੀਓ ਦੇ ਵਿੱਚ ਵੀ ਉਹਦਾ ਸਰ ਜੋ ਓਬਜੈਕਸ਼ਨ ਹੈ ਉਹ ਕਿਸ ਤਰ੍ਹਾਂ ਲਗਾਈ ਜਾ ਸਕਦੀ ਆ ਜਿਹੜੇ ਕੁਐਸਚਨ ਦੇ ਵਿੱਚ ਕਈਆਂ ਨੂੰ ਜੋ ਸਟੂਡੈਂਟ ਨੇ ਆਪਣੇ ਜਿਹਨਾਂ ਨੇ ਪੇਪਰ ਦਿੱਤਾ ਸੀਗਾ ਸਬਸਕ੍ਰਾਈਬਰਸ ਨੇ ਜਿਹੜੇ ਆਪਣੇ ਉਹ ਪੁੱਛ ਰਹੇ ਸੀ ਕਿ ਵੀ ਉਹਨਾਂ ਦੇ ਵਿੱਚ ਅਬਜੈਕਸ਼ਨ ਕਿਵੇਂ ਲਗਾਈ ਜਾ ਸਕਦੀ ਆ ਸੋ ਉਹਦੇ ਵਿੱਚ ਅਸੀਂ ਕਿਹਾ ਸੀ ਵੀ ਉਹ ਤੁਹਾਨੂੰ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਸੇ ਸੰਬੰਧ ਦੇ ਵਿੱਚ ਜਾਣਕਾਰੀ ਦੇਵਾਂਗੇ ਕਿ ਉਹ ਕਿਵੇਂ ਜੋ ਤੁਹਾਡੀ ਅਬਜੈਕਸ਼ਨ ਉਹ ਲੱਗੇਗੀ ਸੋ ਇਸ ਕਰਕੇ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਤਾਂ ਕਿ ਤੁਹਾਡੀ ਜੋ ਕੋਈ ਵੀ ਜਾਣਕਾਰੀ ਹੈ ਉਹ ਮਿਸ ਨਾ ਹੋ ਸਕੇ ਹਰ ਇੱਕ ਜਾਣਕਾਰੀ ਤੁਸੀਂ ਸਹੀ ਤਰੀਕੇ ਨਾਲ ਜੋ ਫੋਲੋ ਕਰ ਸਕੋ ਅਤੇ ਜੇ ਤੁਹਾਡੀ ਕੋਈ ਅਬਜੈਕਸ਼ਨ ਹੈ ਤਾਂ ਤੁਸੀਂ ਉਹਨੂੰ ਆਪਣਾ ਉਥੇ ਕਿਸ ਤਰੀਕੇ ਨਾਲ ਲਗਾਉਣਾ ਉਹ ਸਾਰੀ ਇਸ ਵੀਡੀਓ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ। ਬਾਕੀ ਜਿੰਨਾ ਵੀ ਹੋ ਸਕਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਓ ਜੇਕਰ ਤੁਹਾਨੂੰ ਇਸ ਦੇ ਵਿੱਚ ਜੋ ਵੀਡੀਓ ਚੰਗੀ ਲੱਗੀ ਹੈ ਤਾਂ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਓ। ਸਭ ਤੋਂ ਪਹਿਲਾਂ ਜੋ ਇਹਦੇ ਵਿੱਚ ਤੁਹਾਡਾ ਇਹਨਾਂ ਦੁਆਰਾ ਪੁੱਛਿਆ ਗਿਆ ਨੋਟਸ ਫਾਰ ਇਨਵਾਈਟਿੰਗ ਆਨਲਾਈਨ ਆਬਜੈਕਸ਼ਨਸ। ਇਹ ਇਹਦੇ ਵਿੱਚ ਪਹਿਲਾ ਪੁਆਇੰਟ ਤੋਂ ਦੱਸਿਆ ਹੋਇਆ ਹੈ ਦਾ ਆਫਿਸ ਆਫ ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਇਜ ਇਨਵਾਈਟਿੰਗ ਆਨਲਾਈਨ ਆਬਜੈਕਸ਼ਨ ਇਫ ਐਨੀ ਪਰਟੇਨਿੰਗ ਟੂ ਦਾ ਆਨਸਰ ਕੀ ਆਫ ਰਿਟਨ ਐਗਜ਼ਾਮੀਨੇਸ਼ਨ ਡੇਟਡ 13 ਆਫ ਨਵੰਬਰ 2022 ਕੰਡਕਟਡ ਫਾਰ ਦੀ ਪੋਸਟ ਆਫ ਫੋਰੈਸਟ ਗਾਰਡ ਐਡਵਰਟਾਈਜ਼ਮੈਂਟ ਨੰਬਰ ਹੈ ਜੋ ਉਹ ਹੈ 7 2022 ਇਹਦੇ ਵਿੱਚ ਜੋ ਪੀ ਟ੍ਰੀ ਪਲੱਸ ਵੀ ਬੋਰਡ ਵੱਲੋਂ ਆਨਲਾਈਨ ਹੀ ਆਬਜੈਕਸ਼ਨ ਆ ਜਿਹੜਾ ਤੁਹਾਡਾ ਸਭ ਤੋਂ ਪਹਿਲਾਂ ਪੁਆਇੰਟ ਦੀ ਆਬਜੈਕਸ਼ਨ ਆ ਤੁਹਾਡੀ ਆਨਲਾਈਨ ਹੀ ਉਹ ਹੋਣੀ ਹੈਗੀ ਜਿਹੜਾ ਪੇਪਰ ਆ ਤੁਹਾਡਾ ਉਹ ਹੈ ਫਰੈਸ਼ਟ ਗਾਰਡ ਦਾ ਇਹ ਇਹਦੇ ਵਿੱਚ ਸਿਰਫ ਫਰੈਸ਼ਟ ਗਾਰਡ ਦੇ ਪੇਪਰ ਦੀ ਹੀ ਹੋਊਗੀ ਇਸ ਲਿੰਕ ਦੇ ਵਿੱਚ ਅ ਬਾਕੀ ਅੱਗੇ ਜੋ ਵੀ ਜਾਣਕਾਰੀ ਆ ਤੁਹਾਨੂੰ ਵੀਡੀਓ ਦੇ ਵਿੱਚ ਅਸੀਂ ਸਾਂਝੀ ਕਰਦੇ ਹਾਂਗੇ ਪੂਰੀ ਵੀਡੀਓ ਅੰਤ ਤੱਕ ਦੇਖੋ ਤੁਸੀਂ ਤੁਹਾਡੀ ਜੋ ਹਰ ਇੱਕ ਤੁਹਾਡਾ ਜੋ ਵੀ ਕੋਈ ਵੀ ਪ੍ਰਸ਼ਨ ਆ ਤੁਹਾਡਾ ਕਲੀਅਰ ਹੋ ਜਾਵੇਗਾ ਜੇਕਰ ਤੁਹਾਡਾ ਫੇਰ ਵੀ ਕੋਈ ਪ੍ਰਸ਼ਨ ਰਹਿ ਜਾਂਦਾ ਤੁਸੀਂ ਉਸ ਦਾ ਜੋ ਕਮੈਂਟ ਹੈ ਉਹ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਜਿੰਨਾ ਹੋ ਸਕੇ ਤੁਹਾਡਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਜੇਕਰ ਜੋ ਵੀ ਆਪਣੇ ਸਬਸਕ੍ਰਾਈਬਰਸ ਵੀਡੀਓ ਦੇਖਦੇ ਨੇ ਉਹਨਾਂ ਵਿੱਚੋਂ ਵੀ ਕਿਸੇ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਹੁੰਦੀ ਹੈ ਤਾਂ ਉਹ ਵੀ ਉਸ ਕਮੈਂਟ ਦਾ ਜਵਾਬ ਦੇ ਦੇ ਕੇ ਉਹ ਕੋਈ ਵੀ ਜੋ ਕੈਂਡੀਡੇਟ ਆਪਣਾ ਪੁੱਛਦਾ ਉਹਦੀ ਹੈਲਪ ਕਰ ਸਕਦੇ ਹੋ ਨੰਬਰ 2 ਤੇ ਜੋ ਇਹਨਾਂ ਦਾ ਦੱਸਿਆ ਹੋਇਆ ਦਾ objections clearly indicating the grievances regarding the provisional answer key should be sent via on the application mode only ਇਹਨਾਂ ਨੇ ਕਲੀਅਰ ਕਰ ਦਿੱਤੇ ਜਿਹੜਾ ਤੁਹਾਡੇ ਕੋਈ ਵੀ ਉਹਦੇ ਸੰਬੰਧਤ ਤੁਹਾਡੀ ਜਿਹੜੀ ਓਬਜੈਕਸ਼ਨ ਆ ਉਹ ਜਿਹੜਾ ਉਹਦੇ ਸੰਬੰਧ ਵਿੱਚ ਕੋਈ ਵੀ ਗੱਲ ਹੋਊਗੀ ਉਹ ਤੁਹਾਡੀ ਆਨਲਾਈਨ ਐਪਲੀਕੇਸ਼ਨ ਦੇ ਰਾਹੀਂ ਹੀ ਹੋਣੀ ਆ ਸਿਰਫ ਆਨਲਾਈਨ ਤੁਸੀਂ ਸਬਮਿਟ ਕਰਨੀ ਐਪਲੀਕੇਸ਼ਨ ਉਸ ਤੋਂ ਅੱਗੇ ਜਿਹੜਾ ਹੈ ਐਟ ਦੀ ਲਿੰਕ ਆਫ ਅਵੇਲੇਬਲ ਔਨ ਦੀ ਵੈਬਸਾਈਟ ਆਫ ਦਾ ਬੋਰਡ www.ssv.punjab.gov.in ਅੰਡਰ ਦੀ ਕਲਿਕ ਹੇਅਰ ਟੂ ਅਪਲਾਈ ਆਨਲਾਈਨ ਓਬਜੈਕਸ਼ਨ ਉੱਥੇ ਤੁਹਾਡੀ ਜੋ ਆਪਸ਼ਨ ਬਣੀ ਹੋਊਗੀ ਕਲਿੱਕ ਹੇਅਰ ਟੂ ਔਨਲਾਈਨ ਅਪਲਾਈ ਓਬਜੈਕਸ਼ਨ ਦਾ ਲਾਸਟ ਡੇਟ ਫਾਰ ਦੀ ਫੀਲਿੰਗ ਦੀ ਔਨਲਾਈਨ ਓਬਜੈਕਸ਼ਨ ਵਿਲ ਬੀ 24 ਨਵੰਬਰ 2022 ਦਾ ਔਨਲਾਈਨ ਓਬਜੈਕਸ਼ਨ ਸੈਂਟ ਫਾਰ ਥਿਸ ਪਰਪਸ ਸ਼ੁੱਡ ਬੀ ਡੁਅਲੀ ਸਪੋਰਟਡ ਵਿਦ ਦੀ ਨੈਸੈਸਰੀ ਆਫ ਡਾਕੂਮੈਂਟਰੀ ਪ੍ਰੂਫ ਇਫ ਐਨੀ ਐਂਡ ਵਿਦ ਮੈਂਡਟਰੀ ਫੀ ਇਨ ਦੀ ਫਾਰਮ ਆਫ ਕ੍ਰਾਸਟ ਡਿਮਾਂਡ ਡਰਾਫਟ 100 ਰੁਪਿਆ ਰੁਪੀਸ ਆਫ 100 ਓਨਲੀ ਪਰ ਆਬਜੈਕਸ਼ਨ ਡਰਨ ਇਨ ਫੇਵਰ ਆਫ ਸੈਕਟਰੀ ਇਹ ਬੜੀ ਧਿਆਨ ਨਾਲ ਗੱਲ ਤੁਸੀਂ ਦੇਖਣੀ ਹੈ ਵੀ ਜਿਹੜੀ ਇਹਦੀ ਜੋ ਫੀਸ ਹੈ ਉਹ 100 ਰੁਪਏ ਫੀਸ ਭਰੀ ਜਾਣੀ ਹੈਗੀ ਉਹ ਤੁਹਾਡੀ ਜਿਹੜੀ ਉਹਦਾ ਡਿਮਾਂਡ ਡਰਾਫਟ ਬਣਿਆ ਹੋਣਾ ਚਾਹੀਦਾ ਡਿਮਾਂਡ ਡਰਾਫਟ ਆ ਜਿਹੜਾ ਉਹ ਬਣਿਆ ਹੋਣਾ ਚਾਹੀਦਾ ਤੁਹਾਡਾ ਸੈਕਟਰੀ ਸਬੋਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਦੇ ਨਾਮ ਤੇ ਇਹ ਜੋ ਇੱਥੇ ਇੱਕ ਨਾਮ ਦਿੱਤਾ ਗਿਆ ਹੈ ਇਹ ਤਾਂ ਇਹ ਜਿੱਥੇ ਆਪਣਾ ਇਹ 에어로 ਘੁੰਮ ਰਿਹਾ ਹੈਗਾ ਇਹ ਦੇਖੋ ਇਹ ਨਾਮ ਹੈ ਇੱਥੋਂ ਲੈ ਕੇ ਇੱਥੇ ਤੱਕ ਇੰਨੇ ਨਾਮ ਤੇ ਬਣਾਉਣਾਗਾ ਦੁਬਾਰਾ ਸੁਣ ਲਵੋ ਇੱਕ ਵਾਰੀ ਸੈਕਟਰੀ ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਇਸ ਨਾਮ ਤੇ ਤੁਹਾਡਾ ਡਿਮਾਂਡ ਡਰਾਫਟ ਬਣੂਗਾ 100 ਰੁਪਏ ਦਾ ਪੇਅਬਲ ਐਟ ਮੋਹਾਲੀ ਠੀਕ ਹੈ ਜੀ ਨੋਟ ਪਲੀਜ਼ ਸੈਂਡ ਸੈਪਰੇਟ ਡਿਮਾਂਡ ਡਰਾਫਟ ਆਫ 100 ਰੁਪਿਆ ਫਾਰ ਈਚ ਅਬਜੈਕਸ਼ਨ ਇਹ ਤੁਹਾਨੂੰ ਇੱਕ ਹੋਰ ਗੱਲ ਕਲੀਅਰ ਕਰ ਦਿੱਤੀ ਗਈ ਹੈ ਕਿ ਤੁਹਾਡੀ ਹਰ ਇੱਕ objections ਦਾ 100 ਰੁਪਿਆ ਲੱਗੇਗਾ ਠੀਕ ਹੈ ਜੀ ਜੇ ਤੁਹਾਡੀਆਂ ਦੋ objections ਆਉਣਗੀਆਂ ਤਾਂ 200 ਰੁਪਏ ਦੀ ਡਿਮਾਂਡ ਡਰਾਫਟ ਹੋਗੀ ਮਤਲਬ ਹਰ ਇੱਕ objections ਦਾ ਅਲੱਗ-ਅਲੱਗ ਡਿਮਾਂਡ ਡਰਾਫਟ ਬਣੂਗਾ ਇੱਕ ਕੁਐਸਚਨ ਦੇ ਇੱਕ objections ਦਾ ਡਿਮਾਂਡ ਡਰਾਫਟ 100 ਰੁਪਏ ਦਾ ਜੇ ਦੋ ਨੇ ਤਾਂ 100-100 ਰੁਪਏ ਦੇ ਦੋ ਡਿਮਾਂਡ ਡਰਾਫਟ ਬਣਨਗੇ ਇਹ ਤੁਸੀਂ ਬੜੀ ਕਲੀਅਰਲੀ ਦੇਖ ਲਓ ਇੱਥੇ ਤੁਹਾਨੂੰ ਨੋਟ ਦੇ ਵਿੱਚ ਵੀ ਦਿੱਤਾ ਗਿਆ ਹੈਗਾ ਇਹ ਸਾਰੀਆਂ ਜੋ ਗੱਲਾਂ ਧਿਆਨ ਰੱਖਣਯੋਗ ਨੇਗੇ ਜੇਕਰ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਹੋ ਉਸ ਤੋਂ ਅੱਗੇ ਹੈ ਸੀ ਮਤਲਬ 3 ਨੰਬਰ ਦੇ ਵਿੱਚ ਕੀ ਪੁੱਛਿਆ ਇਹਨਾਂ ਨੇ ਆਫਟਰ ਦੀ ਸਕਸੈਸਫੁਲ ਸਬਮਿਸ਼ਨ ਆਫ ਆਨਲਾਈਨ ਐਪਲੀਕੇਸ਼ਨ অবਜੈਕਸ਼ਨਸ ਐਂਡ ਐਕਨੋਲਜਮੈਂਟ ਨੰਬਰ ਵਿਲ ਬੀ ਡਿਸਪਲੇਡ ਔਨ ਦੀ ਡਿਸਪਲੇਡ ਔਨ ਦੀ ਸਕਰੀਨ ਤੁਹਾਨੂੰ ਇੱਕ ਐਕਨੋਲਜਮਮੈਂਟ ਨੰਬਰ ਮਿਲ ਜਾਵੇਗਾ ਜਦੋਂ ਤੁਹਾਡੀ ਐਪਲੀਕੇਸ਼ਨ ਸਬਮਿਟ ਹੋ ਜਾਵੇਗੀ ਉਹ ਸਕਰੀਨ ਦੇ ਉੱਪਰ ਤੁਹਾਨੂੰ ਮਿਲ ਜਾਵੇਗਾ ਦਾ ਕੈਂਡੀਡੇਟਸ ਆਰ ਐਡਵਾਈਸਡ ਟੂ ਸੇਵ ਥਿਸ ਫਾਰ ਫਿਊਚਰ reference candidate nu salah ditti jandi hai ke jehda hai acknowledgement number hai innu apni future reference de layi innu note karke sambhal ke rakhna the original hard copies of the demand draft and the necessary documentary proof along with the acknowledgement of, acknowledgement number of the owner objection should be sent by a speed post of secretary subordinate ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਇਹ ਫਿਰ ਤੁਹਾਨੂੰ ਇੱਕ ਧਿਆਨ ਰੱਖਣ ਜੋਗਾ ਤੁਹਾਡੇ ਜੋ ਵੀ ਡਿਮਾਂਡ ਡਰਾਫਟ ਨੇ ਤੇ ਜਿਹੜੇ ਉਹਦੇ ਨਾਲ ਸੰਬੰਧਿਤ ਜੋ ਵੀ ਤੁਹਾਡੇ ਡਾਕੂਮੈਂਟਰੀ ਪ੍ਰੂਫ ਹੋਣਗੇ ਉਹ ਸਾਰੇ ਇੱਕ ਐਨਵੈਲਪ ਦੇ ਵਿੱਚ ਬੰਦ ਕਰਕੇ ਚੰਗੀ ਤਰੀਕੇ ਦੇ ਨਾਲ ਉਹਦੇ ਉੱਪਰ ਤੁਹਾਨੂੰ ਇਹ ਐਡਰੈਸ ਲਿਖਣਾ ਹੈ ਸਪੀਡ ਪੋਸਟ ਦੇ ਰਾਹੀਂ ਤੁਸੀਂ ਉਹਨੂੰ ਸੈਂਡ ਕਰਨਾ ਹੈ ਠੀਕ ਹੈ ਜੀ ਸਪੀਡ ਪੋਸਟ ਦੇ ਵਿੱਚ ਤੁਹਾਡੀ ਜੋ ਇਹ ਡਾਕੂਮੈਂਟ ਨੇ ਉਹ ਜਲਦੀ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਉਹਦੀ ਰਿਸੀਵਿੰਗ ਦੇ ਤੁਹਾਨੂੰ ਇੱਕ ਡਿਟੇਲ ਵੀ ਮਿਲ ਜਾਂਦੀ ਹੈ ਜਦੋਂ ਰੀਸੀਵ ਹੋ ਜਾਂਦੇ ਨੇ ਤੁਸੀਂ ਉਹਨੂੰ ਆਪਣਾ ਆਨਲਾਈਨ ਵੀ ਚੈੱਕ ਕਰ ਸਕਦੇ ਹੋ ਜਿਹੜਾ ਤੁਹਾਡੇ ਉਹਦੇ ਉੱਪਰ ਇੱਕ ਨੰਬਰ ਲਿਖ ਦੇ ਦਿੰਦੇ ਨੇਗੇ ਇੰਡੀਆ ਪੋਸਟ ਦੇ ਨਾਲ ਤੁਸੀਂ ਉਹਨੂੰ ਆਨਲਾਈਨ ਵੀ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਇਹ ਡਾਕੂਮੈਂਟ ਨੇ ਉਹ ਬੋਰਡ ਦੇ ਕੋਲ ਪਹੁੰਚ ਚੁੱਕੇ ਨੇ ਜਾਂ ਨਹੀਂ ਉਹ ਤੁਸੀਂ ਇਸ ਨਾਮ ਤੇ ਐਡਰੈਸ ਆਪਣਾ ਜੋ ਲਿਖਣਾ ਹੈ ਸੈਕਟਰੀਸ ਬੋਰਡੀਨੇਟ ਸਰਵਿਸ ਇਲੈਕਸ਼ਨ ਬੋਰਡ ਪੰਜਾਬ ਪ੍ਰੈਸਟ ਕੰਪਲੈਕਸ ਸੈਕਟਰ 68 ਐਸਏਐਸ ਨਗਰ ਮੁਹਾਲੀ 1160062 ਬਾਈ ਡੇਟਡ 29 ਨਵੰਬਰ 2022 29 ਨਵੰਬਰ 2022 ਤੱਕ ਤੁਹਾਡੇ ਇਹ ਉੱਥੇ ਨੂੰ ਪਹੁੰਚ ਜਾਣੇ ਚਾਹੀਦੇ ਨੇ ਨੰਬਰ 4 ਨੋ ਰਿਕੁਐਸਟ ਫਾਰ ਫੇਲਿੰਗ ਆਬਜੈਕਸ਼ਨ ਰਿਗਾਰਡਿੰਗ ਪ੍ਰੋਵੀਜ਼ਨਲ ਆਨਸਰ ਕੀ ਬਿਓਂਡ ਦਾ ਲਾਸਟ ਡੇਟ ਇਜ਼ ਸਟਿਪੂਲੇਟਡ ਇਨ ਪੈਰਾ ਸੀ ਔਰ ਸੈਂਟ ਬਾਇ ਐਨੀ ਅਦਰ ਮੇਡ ਬਿਲ ਵੀ ਐਂਟਰਟੇਨਡ ਤੁਹਾਡੇ ਜਿਹੜਾ ਇਹਦੇ ਵਿੱਚ ਦੱਸਿਆ ਗਿਆ ਸਟੈਪ ਤੀਜੇ ਦੇ ਵਿੱਚ ਸੀ ਦੇ ਵਿੱਚ ਵੀ ਤੁਸੀਂ ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਟੈਂ ਵੀਡੀਓ ਦੇ ਵਿੱਚ ਵੀ ਕਿਸ ਤਰੀਕੇ ਨਾਲ ਤੁਸੀਂ ਜੋ ਇਹ ਡਾਕੂਮੈਂਟ ਨੇ ਇਹ ਭੇਜਣੇ ਨੇਗੇ ਸੋ ਇਹ ਸਾਰੀ ਗੱਲ ਧਿਆਨ ਉਹ ਚੌਥੇ ਦੇ ਵਿੱਚ ਉਹਨਾਂ ਨੇ ਇਹੀ ਕਲੀਅਰ ਕਰਿਆ ਹੈਗਾ ਵੀ ਇਹਦੇ ਤੋਂ ਇਲਾਵਾ ਹੋਰ ਕਿਸੇ ਤਰੀਕੇ ਨਾਲ ਤੁਹਾਡਾ ਕੋਈ ਵੀ ਜੋ ਡਾਕੂਮੈਂਟ ਹੈ ਉਹ ਸਵੀਅ ਨਹੀਂ ਕੀਤਾ ਜਾਵੇਗਾ ਇਹ ਤੁਸੀਂ ਗੱਲ ਕਲੀਅਰ ਦੇ ਨਾਲ ਆਪਣੀ ਜੋ ਸਾਰੀ ਗੱਲ ਇਹਨਾਂ ਨੇ ਕਲੀਅਰ ਕਰ ਦਿੱਤੀ ਹੈ ਅਗਲਾ ਜੋ ਹੈ ਈ ਦੇ ਵਿੱਚ ਐਨੀ ਆਬਜੈਕਸ਼ਨ ਰੇਸਡ ਬਾਏ ਦੀ ਕੈਂਡੀਡੇਟ bill be put forth to the duly constituted expert committee of the examination conducting authority of its consideration the decision of the expert committee shall be binding to the all stakeholders and no further objection shall be entertained at any level toadi jehdi eh objection hai jehdi ek committee banai jayegi ਉਦੇ ਵੱਲੋਂ ਜਿਹੜੀ ਉਹਦੀ ਅਖੀਰਲੀ ਆਫ ਦਿੱਤੀ ਜਾਊਗੀ ਉਹ ਤੋਂ ਬਾਅਦ ਉਹਦੀ ਕੋਈ ਉਹ ਨਹੀਂ ਫਾਰਦਰ ਕੋਈ ਵੀ ਉਹਦੇ ਤੇ ਤੁਸੀਂ ਰਿਜੈਕਸ਼ਨ ਨਹੀਂ ਉਹ ਕਰ ਸਕਦੇ ਉਸ ਤੋਂ ਅੱਗੇ ਤੁਹਾਨੂੰ ਜੋ ਨੋਟ ਦਿੱਤਾ ਹੈ ਸੀਕਿੰਗ ਆਬਜੈਕਸ਼ਨ ਐਸ ਇਟ ਅਵਾਜ਼ ਓਨਲੀ ਫਾਰ ਦੀ ਪ੍ਰੋਵੀਜ਼ਨਲ ਆਨਸਰ ਕੀ ਸੱਚ ਆਬਜੈਕਸ਼ਨ ਵਿਲ ਨਾਟ ਬੀ ਇਨਟੈਂਡ ਆਫਟਰ ਦੀ ਪਬਲਿਕੀਸ਼ਨ ਆਫ ਇਹ ਜਿਹੜੀ ਤੁਹਾਡੀਆਂ ਆਬਜੈਕਸ਼ਨਾਂ ਨੇ ਇਹ ਸਿਰਫ ਤੁਹਾਡੀ ਜੋ ਪ੍ਰੋਵੀਜ਼ਨਲ ਆਨਸਰ ਕੀ ਆ ਉਸ ਦੇ ਆਧਾਰ ਤੇ ਹੀ ਲੱਗ ਰਹੀਆਂ ਨੇ ਲੱਗ ਸਕਦੀਆਂ ਨੇ ਜਿਹੜੀ ਤੁਹਾਡੀ ਫਾਈਨਲ ਆਨਸਰ ਕੀ ਹੋਊਗੀ ਉਹਦੇ ਤੇ ਤੁਹਾਡਾ ਪੂਰਾ ਪਹਿਲੇ ਹੀ ਕਲੀਅਰ ਕੱਟ ਹੋਊਗਾ ਵੀ ਇਹਦੇ ਆਨਸਰ ਇਹ ਨੇ ਇਹਦੇ ਆਨਸਰ ਇਹ ਨੇ ਬਾਕੀ ਤੁਸੀਂ ਇਹ ਸਾਰੀ ਗੱਲ ਨੂੰ ਜੋ ਧਿਆਨ ਨਾਲ ਦੇਖ ਹੀ ਚੁੱਕੇ ਹੋਵੋਗੇ ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਹੋਰ ਵੀ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਸੀਂ ਸਾਡੇ ਜੋ ਇਹ ਚੈਨਲ ਹੈ ਜੀਡੀਐਸ ਐਜੂਕੇਸ਼ਨ ਇਹਦਾ ਇੱਕ ਫੇਸਬੁੱਕ ਪੇਜ ਤੇ ਟੈਲੀਗ੍ਰਾਮ ਚੈਨਲ ਹੈ ਉਹਨਾਂ ਦੋਨਾਂ ਨੂੰ ਵੀ ਜੁਆਇਨ ਕਰ ਲਵੋ ਤੁਹਾਨੂੰ ਉੱਥੇ ਵੀ ਇਨਫੋਰਮੇਸ਼ਨ ਮਿਲ ਜਾਵੇਗੀ ਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਪੁੱਛ ਸਕਦੇ ਹੋ ਥੱਲੇ ਇਹਨਾਂ ਨੇ ਲਿਖਿਆ ਹੋਇਆ ਹੈਗਾ ਸਬਮਿਸ਼ਨ ਆਫ ਐਨੀ objection grievance ਰਿਗਾਰਡਿੰਗ ਕੁਐਸਚਨ ਪੇਪਰ ਫਾਰ ਰਿਟਨ ਐਗਜ਼ਾਮੀਨੇਸ਼ਨ ਫਾਰ ਦੀ ਪੋਸਟ ਆਫ ਫਰੈਸ਼ਟ ਗਾਰਡ ਐਡਵਰਟਾਈਜ਼ਮੈਂਟ 7022 ਹੈਲਡ 13 ਐਟ ਚੰਡੀਗੜ੍ਹ ਯੂਟੀ ਮਹਾੜੀ ਜਲੰਧਰ ਤੇ ਫਤਿਹਗੜ੍ਹ ਸਾਹਿਬ ਰੋਪੜ ਇੱਥੇ ਹੋਏ ਸੀਗੇ ਠੀਕ ਆ ਜੀ ਉਹ ਤੋਂ ਅੱਗੇ ਜਿਹੜਾ ਇਹਦਾ ਮਤਲਬ ਪ੍ਰੋਸੈਸ ਹੈਗਾ ਉਹ ਤੁਸੀਂ ਇੱਥੇ ਜਿਵੇਂ ਸਾਈਟ ਤੇ ਪਹੁੰਚੋਗੇ ਇਹਨਾਂ ਦੇ ਸਾਈਟ ਤੇ ਪਹੁੰਚਣ ਤੋਂ ਬਾਅਦ ਤੁਹਾਡੇ ਸਾਹਮਣੇ ਲਿੰਕ ਲਿੰਕ ਖੁੱਲ ਜਾਵੇਗਾ ਜਿਹੜੇ ਪੀ ਟ੍ਰਿਪਲ ਐਸ ਬੀ ਦੀ ਤੁਸੀਂ ਸਾਈਟ ਤੇ ਜਾਵੋਗੇ ਸਾਈਟ ਤੇ ਜਾਣ ਤੋਂ ਬਾਅਦ ਤੁਹਾਡੇ ਕੋਲ ਲਿੰਕ ਖੁੱਲ ਜਾਵੇਗਾ ਪ੍ਰੋਸੀਡ ਟੂ ਸਬਮਿਟ ਕੁਐਸਚਨ অবਜੈਕਸ਼ਨ ਗ੍ਰੇਵਿਅੰਸ ਉਸ ਤੋਂ ਬਾਅਦ ਇਹਦੇ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਇਹ ਆ ਜਾਵੇਗਾ। ਇਹਦੇ ਤੁਹਾਨੂੰ ਸਾਰਾ ਦੱਸਿਆ ਹੋਇਆ ਵੀ ਥੇੜੀ-ਥੋੜੀ objections ਆ ਗਈ। ਪੇਪਰ ਤੁਹਾਡਾ 13-11-2022 ਨੂੰ ਹੋਇਆ ਸੀਗਾ। ਐਡਵਰਟਾਈਜ਼ਮੈਂਟ ਉਹਦਾ ਇਹ ਸੀਗਾ ਇਹ ਜਗ੍ਹਾ ਤੇ ਹੋਇਆ ਸੀਗਾ। ਤੁਹਾਡੀ ਜਿਹੜੀ ਉਹ ਤੋਂ ਅਗਲੇ ਦੇਖਿਆ ਕੈਂਡੀਡੇਟਸ ਮੇ ਪੋਸਟ देयर objection grievances ਵਿਦ ਰਿਗਾਰਡਿੰਗ ਅਬਵ 21-11-2022 ਤੋਂ 24-11-2022 ਥਰੂ ਦੀ ਦੇਸ ਪੋਰਟਲ ਓਨਲੀ। ਐਨੀ ਅਦਰ ਕਮਿ ਕਮਿਊਨੀਕੇਸ਼ਨ ਈਮੇਲਸ ਰੀਸੀਵਡ ਦੇਸ ਰਿਗਾਰਡ ਵਿਲ ਨਾਟ ਬੀ ਕਨਸੀਡਰਡ। no communication after the time given will be considered only genuine objections grievances shall be posted one objection for one paper can be submitted at a time there is no bar any candidate having more than one objection grievances ਇਥੇ ਤੁਹਾਡਾ ਅੱਗੇ ਤੋਂ ਅਸੀਂ ਪਹਿਲਾਂ ਆਪਣਾ ਐਗਜ਼ਾਮ ਸਿਲੈਕਟ ਕਰ ਲੈਣਾ ਐਗਜ਼ਾਮ ਸਿਲੈਕਟ ਤੋਂ ਕਰਨ ਤੋਂ ਬਾਅਦ ਤੁਸੀਂ ਇੱਥੇ ਆਪਣਾ ਰੋਲ ਨੰਬਰ ਐਪਲੀਕੇਸ਼ਨ ਨੰਬਰ ਡੇਟ ਆਫ ਬਰਥ ਇਸ ਤੋਂ ਬਾਅਦ ਤੁਸੀਂ ਪ੍ਰਸੀਡ ਦੇ ਕਰੋਗੇ ਤਾਂ ਤੁਹਾਡੇ ਅੱਗੇ ਜੋ ਕੁਐਸਚਨ ਨੇ ਉਹਨਾਂ ਦੀ ਡਿਟੇਲ ਆ ਜਾਵੇ ਕਿ ਤੁਸੀਂ ਉੱਥੇ ਇਜੈਕਸ਼ਨ ਹੋ ਕਰ ਸਕਦੇ ਹੋ ਆਪਣੇ ਰੇਜ਼ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਨੋਟਿਸਮੈਂਟ ਜੋ ਨੰਬਰ ਹੋਣਗੇ ਤੁਹਾਨੂੰ ਮਿਲ ਜਾਣਗੇ ਇਸ ਤਰ੍ਹਾਂ ਤੁਹਾਡੀ ਜੋ ਇਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਤੁਹਾਡੇ ਤੱਕ ਅਸੀਂ ਇਸ ਵੀਡੀਓ ਦੇ ਰਾਹੀਂ ਸਾਂਝੀ ਕੀਤੀ ਹੈ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਬੱਤ-ਬੱਤ ਲਾਈਕ ਅਤੇ ਸ਼ੇਅਰ ਕਰੋ ਅਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਵੀਡੀਓ ਦੇ ਵਿੱਚ ਜੋ ਦਿੱਤੀ ਗਈ ਜਾਣਕਾਰੀ ਕਿੰਦਾਂ ਦੀ ਲੱਗੀ ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਜੋ ਪ੍ਰਸ਼ਨ ਹੈ ਇਸ ਸੰਬੰਧ ਦੇ ਵਿੱਚ ਤਾਂ ਤੁਸੀਂ ਉਸ ਦਾ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਬਾਕੀ ਜੇਕਰ ਤੁਸੀਂ ਅਜੇ ਤੱਕ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਚੈਨਲ ਨੂੰ ਲਾਲ ਰੰਗ ਦਾ ਸਬਸਕ੍ਰਾਈਬਰ ਬਟਨ ਦਬਕੇ ਸਬਸਕ੍ਰਾਈਬ ਕਰ ਲਵੋ ਤੇ ਉੱਤੇ ਨਾਲ ਹੀ ਜੋ ਘੰਟੀ ਵਾਲਾ ਬਟਨ ਹੈ ਉਸ ਦੇ ਉੱਪਰ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਨੂੰ ਕਰ ਲਵੋ ਔਨ। ਤਾਂ ਜੋ ਤੁਹਾਨੂੰ ਇਸ ਚੈਨਲ ਦੇ ਉੱਪਰ ਆਉਣ ਵਾਲੀਆਂ ਜੋ ਵੀ ਲੇਟੈਸਟ ਵੀਡੀਓਜ਼ ਹੋਣਗੀਆਂ ਉਹਨਾਂ ਸਾਰਿਆਂ ਦਾ ਨੋਟੀਫਿਕੇਸ਼ਨ ਮਿਲ ਸਕੇ ਸਭ ਤੋਂ ਪਹਿਲਾਂ। ਬਾਕੀ ਜੋ ਤੁਹਾਡੇ ਵੱਲੋਂ ਜਿੰਨਾ ਵੀ ਹੋ ਸਕਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਆਪਣੇ ਕੈਂਡੀਡੇਟਸ ਤੱਕ ਪਹੁੰਚ ਸਕੀਏ ਉਹ ਆਪਣੀ ਜੋ ਜਿਨ੍ਹਾਂ ਨੇ ਵੀ objections ਲਾਉਣੀ ਹੈ ਉਹ ਆਪਣੀ ਲਗਾ ਸਕਣ ਬਾਕੀ ਤੁਹਾਨੂੰ ਇਸ ਇਹਦੇ ਸਬੰਧ ਵਿੱਚ ਕੋਈ ਹੋਰ ਵੀ ਅਪਡੇਟ ਆਉਂਦੀ ਹੈ ਤੁਹਾਨੂੰ ਸਾਡੇ ਇਸ ਚੈਨਲ ਦੇ ਉੱਪਰ ਉਹ ਵੀਡੀਓ ਦੇ ਰਾਹੀਂ ਮਿਲ ਜਾਵੇਗੀ ਬਾਕੀ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ